ਆਪਣੇ ਘਰ ਦੇ ਵਿੱਚ ਪਿਤਾ ਪਰਮੇਸ਼ਵਰ ਤੇਰੇ ਲੋਕਾਂ ਨੂੰ ਵੇਖਿਆ ਔਰ ਤੇਰੀ ਹਜ਼ੂਰੀ ਨੂੰ ਵੇਖਿਆ ਔਰ ਪ੍ਰਭੂ ਪਰਮੇਸ਼ਵਰ ਉਸਦੇ ਘਰ ਦੇ ਵਿੱਚ ਤੁਸੀਂ ਆਪ ਆਖਿਆ ਹੈ ਜੱਕੀ ਅੱਜ ਇਸ ਘਰ ਦੇ ਵਿੱਚ ਮੁਕਤੀ ਆ ਗਈ ਆ ਹਾਲੇ ਲੋਹੀਆ ਅੱਜ ਛੁਟਕਾਰਾ ਆ ਗਿਆ ਹੈ ਹਾਲੇ ਲੋਹੀਆ ਹੇ ਮੇਰੇ ਪਿਤਾ ਇਸ ਘਰ ਦੀ ਸੁੱਖ ਸ਼ਾਂਤੀ ਮੰਗਦੇ ਹਾਂ ਭੈਣ ਜੀ ਵਾਸਤੇ ਭਾਅ ਜੀ ਦੀ ਦੁਆ ਕਰਦੇ ਹਾਂ ਭਾਈ ਜਸਪਾਲ ਵਾਸਤੇ ਦੁਆ ਕਰਦੇ ਹਾਂ ਆਸ਼ੀਸ਼ ਬਰਕਤ ਦੇ ਇਕਬਾਲ ਲਈ ਦੁਆ ਕਰਦੇ ਹਾਂ ਸਾਡੇ ਤੋਂ ਦੂਰ ਤੇਰੇ ਨੇੜੇ ਆ ਹਰ ਵੇਲੇ ਹਰ ਘੜੀ ਸਾਥ ਹੋ ਕਮਾਈ ਚ ਬਰਕਤ ਦੇ ਔਰ ਭੈਣਾਂ ਦੇ ਉੱਤੇ ਤੁਹਾਡੀ ਕਿਰਪਾ ਹੋਵੇ ਬੱਚਿਆਂ ਦੇ ਉੱਤੇ ਤੁਹਾਡੀ ਕਿਰਪਾ ਹੋਵੇ ਔਰ ਪ੍ਰਭੂ ਯਿਸੂ ਸਭਨਾਂ ਨੂੰ ਆਸ਼ੀਸ਼ ਬਰਕਤ ਦੇ ਨਾਲ ਨਿਵਾਜ਼ੋ ਤੁਹਾਡਾ ਸ਼ੁਕਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਦੇ ਪਵਿੱਤਰ ਨਾਮ ਦੇ ਵਿੱਚ ਹਰ ਇੱਕ ਦੁੱਖ ਹਰ ਬਿਮਾਰੀ ਹਰ ਸਰੀਰ ਤੋਂ ਨਸ਼ਟ ਹੋ ਜਾਏ ਔਰ ਸਾਰੇ ਤੁਹਾਡੇ ਚਰਨਾਂ ਦੇ ਵਿੱਚ ਬੈਠੇ ਯਿਸੂ ਦੇ ਨਾਮ ਚੰਗਾਈ ਪਾਉਣ ਬਰਕਤ ਪਾਉਣ ਸ਼ਾਂਤੀ ਪਾਉਣ ਆਨੰਦ ਪਾਉਣ ਪ੍ਰਭੂ ਯਿਸੂ ਦੇ ਨਾਮ ਚ ਨਿਰਾਸ਼ਾ ਰਵੇ ਨਾ ਹਾਲੇ ਲੋਹੀਆ ਆਨੰਦ ਦੀ ਭਰਪੂਰੀ ਆਸ਼ੀਸ਼ ਦੀ ਭਰਪੂਰੀ ਖੁਸ਼ੀਆਂ ਦੀ ਭਰਪੂਰੀ ਤੇਰੀ ਹਜ਼ੂਰੀ ਦੇ ਵਿੱਚ ਹੈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਆਪਣੇ ਕੀਮਤੀ ਨੂੰ ਸਮੇਂ ਨੂੰ ਕੱਢਦੇ ਹੋਏ ਪਿਤਾ ਤੇਰੇ ਲੋਕ ਪਿਤਾ ਪਰਮੇਸ਼ਵਰ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਆ ਕੋਈ ਵੀ ਬਰਕਤ ਤੋਂ ਵਾਂਝਾ ਨਾ ਰਵੇ ਹੇ ਮੇਰੇ ਪਿਤਾ ਤੁਹਾਡੇ ਪਵਿੱਤਰ ਨਾਮ ਯਿਸੂ ਦੇ ਵਿੱਚ ਸਾਰੇ ਬਰਕਤਾਂ ਪਾਉਣ ਔਰ ਤੇਰੇ ਗਵਾਹ ਠਹਿਰ ਜਾਣ ਯਿਸੂ ਜੀ ਦੇ ਨਾਮ ਚ ਆਮੀਨ।